ਬਾਰਡਰ ਲਾਲੜੂ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਪੁਲਿਸ ਦੇ ਲੁਟੇਰਿਆਂ ਦਰਮਿਆਨ ਮੁੱਠਭੇੜ ਦੀ ਖਬਰ ਹੋਈ ਹੈ। ਸੋ ਵਿਸ਼ੇਸ਼ ਤੌਰ 'ਤੇ ਜਿਹੜੀ ਇਹ ਖਬਰ ਸਾਹਮਣੇ ਆਈ ਹੈ ਉੱਥੇ ਹੀ ਲੁਟੇਰੇ ਦੇ ਪੈਰ ਦੇ ਵਿੱਚ ਗੋਲੀ ਲੱਗੀ ਹੈ। ਪੁਲਿਸ ਨੇ ਬਦਮਾਸ਼ਾਂ ਨੂੰ ਜਿੱਥੇ ਬਦਮਾਸ਼ ਨੂੰ ਗ੍ਰਿਫਤਾਰ ਕੀਤਾ ਤਾਂ ਹਾਈਵੇ 'ਤੇ ਪਿਸਤੌਲ ਦੀ ਨੋਕ 'ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਸਨ। ਸੋ ਜਾਣਕਾਰੀ ਮਿਲ ਰਹੀ ਹੈ ਕਿ ਜਿਹੜਾ ਜ਼ਖਮੀ ਹੋਇਆ ਉਸਦਾ ਇਲਾਜ ਹੁਣ ਹੋਏਗਾ। ਇਲਾਜ ਤੋਂ ਬਾਅਦ ਪੁੱਛਗਿੱਛ ਦੇ ਘੇਰੇ ਦੇ ਵਿੱਚ ਕਾਫੀ ਅਹਿਮ ਚੀਜ਼ਾਂ ਪਤਾ ਲੱਗਣਗੀਆਂ ਕਿਉਂਕਿ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਨਿਸ਼ਾਨਾ ਬਣਾਉਂਦੇ ਸਨ ਇਹ ਜਿਹੜੇ ਲੁਟੇਰੇ ਸਨ। ਆਉਣ ਜਾਣ ਵਾਲੇ ਰਾਹਗੀਰਾਂ ਨੂੰ ਕਾਫੀ ਵੱਡੇ ਪੱਧਰ 'ਤੇ ਇਹਨਾਂ ਦੁਆਰਾ ਨਿਸ਼ਾਨਾ ਬਣਾਇਆ ਜਾ ਚੁੱਕਿਆ ਹੁਣ ਤੱਕ ਅਤੇ ਕਾਫੀ ਸਰਗਰਮ ਗੈਂਗ ਸੀ। DSP ਵਿਕਰਮਜੀਤ ਸਿੰਘ ਬਰਾੜ ਦੇ ਨਾਲ ਵੀ ਸਾਡੀ ਗੱਲਬਾਤ ਹੋਈ ਹੈ। ਉਹਨਾਂ ਨੇ ਵੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਇਹਨਾਂ ਪਾਸੋਂ ਇੱਕ ਇਲੀਗਲ ਵੈਪਨ ਵੀ ਜਿਹੜਾ ਹੈ ਉਹ ਬਰਾਮਦ ਹੋਇਆ, ਇੱਕ ਮੋਬਾਈਲ ਫੋਨ ਜਿਹੜਾ ਹੈ ਬਰਾਮਦ ਹੋਇਆ ਅਤੇ ਹੁਣ ਪੁੱਛਗਿੱਛ ਦੇ ਘੇਰੇ ਦੇ ਵਿੱਚ ਹੋਰ ਵੀ ਕਾਫੀ ਅਹਿਮ ਚੀਜ਼ਾਂ ਨੇ ਜਿਹੜੀਆਂ ਉਹ ਪਤਾ ਲੱਗ ਸਕਦੀਆਂ ਨੇ। ਉਹ ਬਾਅਦ ਤਫਤੀਸ਼ੀ ਵਿਸ਼ਾ, ਉਸ ਤੋਂ ਬਾਅਦ ਕਾਫੀ ਜਿਹੜੀਆਂ ਚੀਜ਼ਾਂ ਨੇ ਉਹ ਪਤਾ ਲੱਗਣਗੀਆਂ ਕਿ ਆਖਿਰ ਇਹ ਗੈਂਗ ਦੀਆਂ ਤਾਰਾਂ ਕਿੱਥੇ ਕਿੱਥੇ ਤੱਕ ਜੁੜੀਆਂ ਹੋਈਆਂ ਨੇ। ਤਾਂ ਇਹ ਗੈਂਗ ਦਾ ਜਿਹੜਾ ਕੰਮ ਹੈ ਸਿਰਫ ਲੁੱਟਾਂ ਖੋਹਾਂ ਸੀ ਜਾਂ ਫਿਰ ਕੋਈ ਹੋਰ ਵੀ ਇਹਨਾਂ ਦਾ ਵੱਡਾ ਨੈਕਸਸ ਸੀ, ਇਹ ਸਾਰੀਆਂ ਚੀਜ਼ਾਂ ਇਨਵੈਸਟੀਗੇਸ਼ਨ ਦਾ ਪਾਰਟ, ਉਸ ਤੋਂ ਬਾਅਦ ਹੀ ਅਸਲੀਅਤ ਤੱਥ ਨੇ ਜਿਹੜੇ ਉਹ ਸਾਹਮਣੇ ਆਉਣਗੇ। ਹਾਈਵੇ 'ਤੇ ਪਿਸਤੌਲ ਦੀ ਨੋਕ 'ਤੇ ਲੁੱਟ ਦੀਆਂ ਵਾਰਦਾਤਾਂ ਨੂੰ ਇਹਨਾਂ ਦੁਆਰਾ ਅੰਜਾਮ ਦਿੱਤਾ ਜਾਂਦਾ ਸੀ। ਸੋ ਹੁਣ ਪੁਲਿਸ 'ਤੇ ਅੜੀਕੇ ਚੜਿਆ। ਸੋ ਪੁਲਿਸ ਨੇ ਬਦਮਾਸ਼ ਨੂੰ ਗ੍ਰਿਫਤਾਰ ਕੀਤਾ ਹੈ, ਲੁਟੇਰੇ ਦੇ ਪੈਰ ਦੇ ਵਿੱਚ ਗੋਲੀ ਲੱਗੀ ਹੈ। ਸੋ ਲਾਲੜੂ ਦੇ ਵਿੱਚ ਪੁਲਿਸ ਅਤੇ ਲੁਟੇਰਿਆਂ ਦਰਮਿਆਨ ਮੁੱਠਭੇੜ ਦੀ ਖਬਰ ਹੈ। ਸੋ ਪਿਸਤੌਲ ਦੀ ਨੋਕ 'ਤੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਹਾਲਾਂਕਿ ਇਨਵੈਸਟੀਗੇਸ਼ਨ ਦੇ ਵਿੱਚ ਕਾਫੀ ਚੀਜ਼ਾਂ ਹੋਰ ਵੀ ਸਾਹਮਣੇ ਆ ਸਕਦੀਆਂ ਨੇ ਕਿਉਂਕਿ ਜਿਹੜਾ ਇਹ ਏਰੀਆ ਇਹ ਥੋੜ੍ਹਾ ਜੰਗਲੀ ਏਰੀਆ ਜਿੱਥੇ ਇਹ ਮੁੱਠਭੇੜ ਹੋਈ ਹੈ। ਤਾਂ ਉਸ ਤੋਂ ਬਾਅਦ ਆਲੇ ਦੁਆਲੇ ਵੀ ਛਾਣਬੀਨ ਹੋਏਗੀ, ਚੈਕਿੰਗ ਹੋਏਗੀ। ਸੋ ਮੌਕੇ 'ਤੇ ਪੁਲਿਸ ਬਲ ਜਿਹੜਾ ਹੈ ਉਹ ਤੈਨਾਤ ਹੈ, ਮੌਕੇ 'ਤੇ ਪੁਲਿਸ ਪਹੁੰਚੀ ਹੋਈ ਹੈ। ਇੱਕ ਬਦਮਾਸ਼ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ। ਸੋ ਜ਼ਿਆਦਾਤਰ ਜਿਹੜਾ ਇਹ ਰਸਤਾ ਹੈ ਇਹ ਕਾਫੀ ਜਿਹੜੇ ਨੇ ਦੋਨੇ ਸੂਬਿਆਂ ਦੇ ਲੋਕ ਇੱਧਰੋਂ ਉੱਧਰ ਔਰ ਉੱਧਰੋਂ ਇੱਧਰ ਆਉਣ ਜਾਣ, ਵਪਾਰ ਕਾਫੀ ਇਸ ਰਸਤੇ ਦੇ ਜ਼ਰੀਏ ਕਈ ਲੋਕ ਆਉਂਦੇ ਸੀ ਕਿਉਂਕਿ ਜਿਹੜਾ ਮੇਨ ਹਾਈਵੇ ਹੈ ਉਹ ਬੰਦ ਹੋਣ ਕਾਰਨ ਕਈ ਜਿਹੜੇ ਪਿੰਡਾਂ ਦੇ ਰਸਤੇ ਨੇ ਉਸ ਰਸਤੇ ਰਾਹੀਂ ਹਨੇਰੇ ਸਵੇਰੇ ਕਾਫੀ ਲੋਕ ਇੱਥੋਂ ਆਇਆ ਜਾਇਆ ਕਰਦੇ ਨੇ, ਜਿਸ ਦੇ ਮੱਦੇਨਜ਼ਰ ਇਹਨਾਂ ਦੁਆਰਾ ਨਿਸ਼ਾਨਾ ਬਣਾਇਆ ਜਾਂਦਾ ਸੀ। ਸੋ ਮੁਲਜ਼ਮ ਸਤਪ੍ਰੀਤ ਸਿੰਘ ਔਰ ਸੱਤੀ ਦੇ ਪੈਰ ਦੇ ਵਿੱਚ ਗੋਲੀ ਲੱਗੀ ਹੈ, ਜੋ ਜਾਣਕਾਰੀ ਤਾਜ਼ਾ ਅਪਡੇਟ ਮਿਲ ਰਹੀ ਹੈ। ਸੋ ਮੁਲਜ਼ਮ ਸੱਤੀ ਤੋਂ ਪਿਸਟਲ ਅਤੇ ਕਾਰਤੂਸ ਬਰਾਮਦ ਹੋਏ ਨੇ। ਮੁਲਜ਼ਮ ਖਿਲਾਫ ਪਹਿਲਾਂ ਵੀ ਕਈ ਮੁਕੱਦਮੇ ਦਰਜ ਨੇ। ਸੋ ਪੁਲਿਸ ਦੀ ਜਵਾਬੀ ਫਾਇਰਿੰਗ ਦੌਰਾਨ ਮੁਲਜ਼ਮ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ। ਮੁਲਜ਼ਮ ਸਤਪ੍ਰੀਤ ਔਰ ਸੱਤੀ ਦੇ ਪੈਰ ਦੇ ਵਿੱਚ ਗੋਲੀ ਲੱਗੀ ਹੈ। ਮੁਲਜ਼ਮ ਸੱਤੀ ਤੋਂ ਪਿਸਤੌਲ ਅਤੇ ਕਾਰਤੂਸ ਬਰਾਮਦ ਹੋਏ ਨੇ ਅਤੇ ਪਹਿਲਾਂ ਵੀ ਕਈ ਮੁਕੱਦਮੇ ਦਰਜ ਨੇ ਇਸ ਦੇ ਉੱਪਰ। ਤਾਂ ਹੁਣ ਉਹ ਸਾਰੇ ਮੁਕੱਦਮਿਆਂ ਦੀ ਜਿਹੜੀ ਫਾਈਲ ਦੁਬਾਰਾ ਖੁੱਲ੍ਹੇਗੀ ਅਤੇ ਪਤਾ ਲਗਾਉਣ ਦੀ ਪੁਲਿਸ ਕੋਸ਼ਿਸ਼ ਕਰ ਰਹੀ ਹੈ ਕਿ ਹੋਰ ਕਿੱਥੇ ਕਿੱਥੇ ਨੈਕਸਸ ਜੁੜਿਆ ਹੈ, ਕਿੱਥੇ ਕਿੱਥੇ ਇਹਨਾਂ ਦੇ ਕੰਟੈਕਟਸ, ਕਿੱਥੇ ਕਿੱਥੇ ਲਿੰਕ ਜਾਂ ਫਿਰ ਜਿਹੜਾ ਮੋਬਾਈਲ ਫੋਨ ਬਰਾਮਦਗੀ ਦੀ ਗੱਲਬਾਤ ਵੀ ਸਾਹਮਣੇ ਆਈ ਹੈ। ਉਸ ਦੇ ਵਿੱਚ ਵੀ ਕਾਫੀ ਅਹਿਮ ਚੀਜ਼ਾਂ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗ ਸਕਦੀਆਂ ਨੇ ਕਿ ਫੋਨ ਕਾਲਸ ਕਿਹਦੇ ਕਿਹਦੇ ਨਾਲ ਹੋਏ ਹੋਏ ਨੇ, ਕਿਹਦੇ ਕਿਹਦੇ ਨਾਲ ਗੱਲਾਂ ਬਾਤਾਂ ਹੋਈਆਂ ਫੋਨ ਦੇ ਉੱਪਰ। ਤਾਂ ਜਿਹੜਾ ਗੈਂਗ ਸੀ ਇਹ ਕਾਫੀ ਸਰਗਰਮ ਸੀ, ਉੱਥੇ ਰਾਹ ਜਾਂਦੇ ਲੋਕਾਂ ਨੂੰ ਇਹ ਲੁੱਟ ਦਾ ਸ਼ਿਕਾਰ ਬਣਾਉਂਦੇ ਸਨ, ਲੁੱਟਾਂ ਖੂਹਾਂ ਕਰਦੇ ਸਨ ਪਿਸਤੌਲ ਦੀ ਨੋਕ 'ਤੇ। ਸੋ ਪੁਲਿਸ ਦੀ ਜਵਾਬੀ ਫਾਇਰਿੰਗ ਦੇ ਵਿੱਚ ਮੁਲਜ਼ਮ ਜ਼ਖਮੀ ਹੋਇਆ, ਸਤਪ੍ਰੀਤ ਉਰਫ ਸੱਤੀ ਉਸਦੇ ਪੈਰ ਦੇ ਵਿੱਚ ਗੋਲੀ ਲੱਗੀ ਹੈ, ਜਿਸ ਪਾਸੋਂ ਪਿਸਤੌਲ ਅਤੇ ਕਾਰਤੂਸ ਬਰਾਮਦ ਹੋਏ ਨੇ। ਸੋ ਮੁਲਜ਼ਮ ਖਿਲਾਫ ਪਹਿਲਾਂ ਵੀ ਕਈ ਮੁਕੱਦਮੇ ਦਰਜ ਨੇ ਅਤੇ ਹੁਣ ਇੱਕ ਹੋਰ ਮੁਕੱਦਮਾ ਦਰਜ ਕਰਕੇ ਪੁਲਿਸ ਦੁਆਰਾ ਗਲੇਰੀ ਜਿਹੜੀ ਤਫਤੀਸ਼ ਹੈ ਉਹ ਸ਼ੁਰੂ ਕੀਤੀ ਜਾਣੀ ਹੈ।
ਤਾਂ ਫੋਨ ਲਾਈਨ 'ਤੇ ਮੇਰੇ ਸਹਿਯੋਗੀ ਕਮਲਦੀਪ ਸਿੰਘ ਜੁੜੇ ਨੇ। ਕਮਲ, ਕੀ ਕੁਝ ਜਾਣਕਾਰੀ ਹੈ, ਤਾਜ਼ਾ ਅਪਡੇਟ ਕੀ ਹੈ ਇਸ ਪੂਰੇ ਮਾਮਲੇ ਦੇ ਵਿੱਚ? ਪੰਜਾਬ ਪੁਲਿਸ ਨੂੰ ਸਤਪ੍ਰੀਤ ਉਰਫ ਸੱਤੀ ਦੀ ਜਿਹੜੀ ਲਗਾਤਾਰ ਭਾਲ ਸੀਗੀ ਅਤੇ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਸਤਪ੍ਰੀਤ ਉਰਫ ਸੱਤੀ ਅਤੇ ਇਸਦਾ ਗੈਂਗ ਲੜਿੰਦਾ ਸੀਗਾ। ਪੰਜਾਬ ਅਤੇ ਹਰਿਆਣਾ ਦੇ ਵਿੱਚ ਬਹੁਤ ਸਾਰੇ ਮਾਮਲੇ ਸੀਗੇ ਅਤੇ ਉਹਨਾਂ ਮਾਮਲਿਆਂ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਇਸ ਦੀ ਭਾਲ ਕੀਤੀ ਜਾ ਰਹੀ ਸੀ ਅਤੇ ਕੱਲ੍ਹ ਸ਼ਾਮ ਨੂੰ ਜਿਸ ਸਮੇਂ ਪੁਲਿਸ ਕੋਲ ਕੁਝ ਇਨਪੁੱਟ ਆਏ ਕਿ ਇਹ ਗੈਂਗ ਹੈ ਜਿਹੜਾ ਕਿ ਲਾਲੜੂ ਦੇ ਵਿੱਚ ਆਪਣੇ ਸਾਥੀਆਂ ਦੇ ਨਾਲ ਸੱਤੀ ਹੈ ਜਿਹੜਾ ਕਿ ਫਿਰ ਰਿਹਾ ਅਤੇ ਉਸ ਤੋਂ ਬਾਅਦ ਸਵੇਰੇ ਜਿਹੜੇ ਕਿ ਕਹਿ ਸਕਦੇ ਜੋ ਪਲੈਨਿੰਗ ਬਣਾ ਕੇ ਇਸਦਾ ਪਿੱਛਾ ਕੀਤਾ ਗਿਆ ਤਾਂ ਜਿਸ ਸਮੇਂ ਸਤਪ੍ਰੀਤ ਉਰਫ ਸੱਤੀ ਨੂੰ ਪਤਾ ਲੱਗਿਆ ਕਿ ਪੁਲਿਸ ਉਸਦਾ ਪਿੱਛਾ ਕਰ ਰਹੀ ਹੈ ਤਾਂ ਉਸ ਵੱਲੋਂ ਪੁਲਿਸ ਦੇ ਉੱਪਰ ਜਿਹੜਾ ਕਹਿ ਸਕਦੇ ਗੋਲੀ ਚਲਾ ਦਿੱਤੀ ਗਈ, ਇਹ ਹਮਲਾ ਕਰ ਦਿੱਤਾ ਗਿਆ। ਹਾਲਾਂਕਿ ਜਵਾਬੀ ਕਾਰਵਾਈ ਦੇ ਵਿੱਚ ਜੋ ਸਤਪ੍ਰੀਤ ਉਰਫ ਸੱਤੀ ਆ ਉਸਦੇ ਪੈਰ ਦੇ ਵਿੱਚ ਗੋਲੀ ਲੱਗੀ ਆ। ਪੁਲਿਸ ਵੱਲੋਂ ਜਦੋਂ ਜਵਾਬੀ ਕਾਰਵਾਈ ਕੀਤੀ ਗਈ ਤਾਂ ਉਸਦੇ ਵਿੱਚ ਸਤਪ੍ਰੀਤ ਸੱਤੀ ਜ਼ਖਮੀ ਹੋ ਗਿਆ ਅਤੇ ਜ਼ਖਮੀ ਹੋਣ ਤੋਂ ਬਾਅਦ ਪੁਲਿਸ ਵੱਲੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਗ੍ਰਿਫਤਾਰ ਕਰਕੇ ਹੁਣ ਜਿਹੜਾ ਕਹਿ ਸਕਦੇ ਆ ਸਤਪ੍ਰੀਤ ਸੱਤੀ ਤੋਂ ਜਿਹੜੀ ਕਿ ਅੱਗੇ ਦੀ ਜਾਂਚ ਪੜਤਾਲ ਪੁਲਿਸ ਵੱਲੋਂ ਕੀਤੀ ਜਾਵੇਗੀ, ਪਰ ਨਾਲ ਹੀ ਕਹਿ ਸਕਦੇ ਕਿ ਇਸ ਪੂਰੇ ਗੈਂਗ ਦੇ ਵਿੱਚ ਕੁਝ ਹੋਰ ਲੋਕ ਜਿਹੜੇ ਸੱਤੀ ਦੇ ਨਾਲ ਮੌਜੂਦ ਸਨ ਅਤੇ ਜਿਸ ਸਮੇਂ ਕਹਿ ਸਕਦੇ ਇਨਕਾਊਂਟਰ ਹੋਇਆ, ਜਿਸ ਸਮੇਂ ਇਹ ਹਮਲਾ ਕੀਤਾ ਗਿਆ ਤਾਂ ਉਸ ਸਮੇਂ ਉਹ ਜਿਹੜੇ ਵਿਅਕਤੀ ਸੀਗੇ, ਲੋਕ ਸੀਗੇ ਇਸ ਦੇ ਨਾਲ ਸਾਥੀ ਸਨ ਇਸਦੇ, ਉਹ ਉਸ ਮੌਕੇ ਤੋਂ ਫਰਾਰ ਹੋ ਗਏ ਸਨ ਅਤੇ ਪੁਲਿਸ ਵੱਲੋਂ ਹੁਣ ਜਿਸ ਜਗ੍ਹਾ 'ਤੇ ਇਨਕਾਊਂਟਰ ਕੀਤਾ ਗਿਆ ਉੱਥੇ ਪੂਰੇ ਏਰੀਏ ਨੂੰ ਜਿਹੜਾ ਕਿ ਕਹਿ ਸਕਦੇ ਕੋਰਡਨ ਕੀਤਾ ਜਾ ਰਿਹਾ, ਉੱਥੇ ਸਰਚ ਅਭਿਆਨ ਚਲਾਇਆ ਜਾ ਰਿਹਾ ਤਾਂ ਕਿ ਉਹਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਾ ਸਕੇ। ਇਹ ਗੈਂਗ ਕੰਮ ਕਿਸ ਤਰੀਕੇ ਨਾਲ ਕਰਦਾ ਸੀਗਾ, ਇਸ ਗੈਂਗ ਵੱਲੋਂ ਗਨ ਪੁਆਇੰਟ ਦੀ ਨੋਕ ਦੇ ਉੱਪਰ ਜਿਹੜਾ ਕਹਿ ਸਕਦੇ ਆ ਕਿਸੇ ਵੀ ਹਾਈਵੇ ਦੇ ਉੱਪਰ ਕਿਸੇ ਨੂੰ ਰੋਕ ਕੇ ਉਸ ਤੋਂ ਗੱਡੀ ਲੁੱਟੀ ਜਾਂਦੀ ਸੀਗੀ, ਲੁੱਟ ਖੋਹ ਕੀਤੀ ਜਾਂਦੀ ਸੀਗੀ, ਪੈਸਾ ਲੁੱਟਿਆ ਜਾਂਦਾ ਸੀਗਾ, ਤਾਂ ਇਸ ਤਰੀਕੇ ਦੀਆਂ ਲੁੱਟ ਖੋਹਾਂ ਇਸ ਗੈਂਗ ਵੱਲੋਂ ਕੀਤੀਆਂ ਜਾਂਦੀਆਂ ਸੀ, ਚਾਹੇ ਹਰਿਆਣਾ ਦੇ ਵਿੱਚ ਹੋਣ ਚਾਹੇ ਉਹ ਪੰਜਾਬ ਦੇ ਵਿੱਚ ਹੋਣ। ਅਤੇ ਉਹਨਾਂ ਘਟਨਾਵਾਂ ਦੇ ਵਿੱਚ ਇਹ ਗੈਂਗ ਜਿਹੜਾ ਸ਼ਾਮਿਲ ਹੁੰਦਾ ਸੀਗਾ ਅਤੇ ਇਸ ਗੈਂਗ ਦੀ ਜਿਹੜੀ ਕਿ ਕਹਿ ਸਕਦੇ ਹਾਂ ਕਿ ਲਗਾਤਾਰ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਸੀ ਅਤੇ ਇਹ ਹੁਣ ਇਹਨਾਂ ਤੋਂ ਪੁੱਛਗਿੱਛ ਕਰਕੇ ਅੱਗੇ ਦੀ ਜਿਹੜੀ ਕਿ ਕਹਿ ਸਕਦੇ ਕਾਰਵਾਈ ਪੁਲਿਸ ਵੱਲੋਂ ਕੀਤੀ ਜਾਵੇਗੀ, ਕਿਉਂਕਿ ਜਿਸ ਸਮੇਂ ਇਨਕਾਊਂਟਰ ਹੋਇਆ ਉਸ ਸਮੇਂ ਪੁਲਿਸ ਵੱਲੋਂ ਇਸ ਤੋਂ ਇੱਕ ਪਿਸਟਲ ਅਤੇ ਕੁਝ ਜਿਹੜੇ ਕਾਰਤੂਸ ਨੇ ਉਹ ਬਰਾਮਦ ਕੀਤੇ ਗਏ ਅਤੇ ਪਿਸਟਲ ਅਤੇ ਕਾਰਤੂਸ ਬਰਾਮਦ ਕਰਨ ਤੋਂ ਬਾਅਦ ਜੋ ਹੁਣ ਤੱਕ ਦੀ ਪੁਲਿਸ ਦੀ ਜਾਣਕਾਰੀ ਸਾਹਮਣੇ ਆਈ ਹੈ ਕਿ ਇਹ ਪਿਸਟਲ ਇਸ ਕੰਟਰੀ ਦਾ ਨਹੀਂ, ਇਹ ਵਿਦੇਸ਼ੀ ਪਿਸਟਲ ਸੀਗਾ ਅਤੇ ਜਾਣਕਾਰੀਆਂ ਇਹ ਵੀ ਹੈ ਕਿ ਇਹ ਬਿਨਾਂ ਲਾਇਸੈਂਸ ਤੋਂ ਜਿਹੜਾ ਪਿਸਟਲ ਸੀਗਾ, ਇੱਕ ਕਹਿ ਸਕਦੇ ਜੋ ਇਨਲੀਗਲ ਵੈਪਨ ਹੁੰਦਾ ਉਹ ਵੈਪਨ ਸੀਗਾ ਇਹ, ਅਤੇ ਇਹ ਵੈਪਨ ਇਸ ਸੱਤੀ ਗੈਂਗ ਦੇ ਕੋਲ ਕਿਸ ਤਰੀਕੇ ਦੇ ਜ਼ਰੀਏ ਆਇਆ, ਕਿ ਕੋਈ ਹੋਰ ਗੈਂਗ ਵੱਡਾ ਗੈਂਗ ਇਸ ਦੇ ਨਾਲ ਸੀਗਾ ਜਾਂ ਇਹ ਉਸ ਗੈਂਗ ਦੇ ਸੰਪਰਕ ਦੇ ਵਿੱਚ ਸੀਗਾ ਜਾਂ ਕਹਿ ਸਕਦੇ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀਗਾ, ਉਹ ਸਭ ਨੂੰ ਲੈ ਕੇ ਕਹਿ ਸਕਦੇ ਜਾਂਚ ਪੜਤਾਲ ਹੁਣ ਜਿਹੜੀ ਪੁਲਿਸ ਵੱਲੋਂ ਕੀਤੀ ਜਾਵੇਗੀ। ਅਤੇ ਪਰ ਫਿਲਹਾਲ ਦੀ ਘੜੀ ਦੇ ਵਿੱਚ ਜਿਹੜਾ ਸਤਪ੍ਰੀਤ ਉਰਫ ਸੱਤੀ ਜਿਸ ਦੀ ਲਗਾਤਾਰ ਭਾਲ ਸੀਗੀ ਉਸ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ। ਪਰ ਵਿਸ਼ੇਸ਼ ਤੌਰ 'ਤੇ ਕਮਲ, ਪੰਜਾਬ ਦੇ ਵਿੱਚ ਅਜਿਹੇ ਕਾਫੀ ਜਿਹੜੇ ਮਾਮਲੇ ਨੇ ਭਾਵੇਂ ਸਾਹਮਣੇ ਆ ਰਹੇ ਨੇ, ਇਸ ਨੂੰ ਲੈ ਕੇ ਇਸ ਨੂੰ ਠੱਲ ਪਾਉਣ ਦੇ ਲਈ ਐਂਟੀ ਗੈਂਗਸਟਰ ਟਾਸਕ ਫੋਰਸ ਜਾਂ ਫਿਰ ਕਹਿ ਲਈਏ ਕਿ ANTF ਦਾ ਵੀ ਜਿਹੜਾ ਗਠਨ ਹੁਣੇ ਹੁਣੇ ਕੀਤਾ ਗਿਆ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਜਾਣਕਾਰੀ ਸਾਂਝੀ ਕੀਤੀ ਤਾਂ ਬੇਹੱਦ ਕਾਰਗਰ ਵੀ ਸਿੱਧ ਹੋ ਰਹੇ ਨੇ ਪੁਲਿਸ ਦੀਆਂ ਇਹ ਕਾਰਵਾਈਆਂ, ਕਿਉਂਕਿ ਪੰਜਾਬ ਦੇ ਵੱਖ ਵੱਖ ਕੋਨਿਆਂ ਤੋਂ ਅਜਿਹੀਆਂ ਜਿਹੜੀਆਂ ਖਬਰਾਂ ਮਿਲ ਰਹੀਆਂ ਨੇ। ਲੇਕਿਨ ਹੁਣ ਜਿਹੜਾ ਬਾਰਡਰ ਤੋਂ ਖਬਰ ਮਿਲੀ ਹੈ, ਕਿਉਂਕਿ ਜਿਹੜਾ ਮੇਨ ਹਾਈਵੇ ਹੈ ਕਮਲ ਉਹ ਬੰਦ ਹੈ, ਬੰਦ ਹੋਣ ਕਾਰਨ ਲੋਕ ਜ਼ਿਆਦਾਤਰ ਜਿਹੜੇ ਅਜਿਹੇ ਰਸਤੇ ਅਪਣਾ ਰਹੇ ਨੇ ਜਿਸ ਦੇ ਨਾਲ ਹਰਿਆਣਾ ਦੇ ਵਿੱਚ ਜਿਹੜਾ ਕਈਆਂ ਦਾ ਨਿੱਤ ਦਿਨ ਦਾ ਆਉਣ ਜਾਣ ਹੈ, ਵਪਾਰ ਵੀ ਹੈ, ਸ਼ਾਇਦ ਉਹਨਾਂ ਨੂੰ ਇਹ ਜ਼ਿਆਦਾ ਵੱਡੇ ਪੱਧਰ 'ਤੇ ਆਪਣੇ ਲੁੱਟ ਦਾ ਸ਼ਿਕਾਰ ਬਣਾਉਂਦੇ ਰਹੇ ਨੇ। ਬਿਲਕੁਲ ਗੁਰਪ੍ਰੀਤ, ਕਿਉਂਕਿ ਇਸ ਗੈਂਗ ਵੱਲੋਂ ਕੀ ਦੇਖਿਆ ਜਾਂਦਾ ਸੀਗਾ ਕਿ ਕੋਈ ਵੱਡੀ ਗੱਡੀ ਆ ਰਹੀ ਹੈ, ਉਸਦੇ ਵਿੱਚ ਕੋਈ ਬੰਦਾ ਇਕੱਲਾ ਹੈ ਜਾਂ ਉਸਦੇ ਨਾਲ ਉਸਦਾ ਪਰਿਵਾਰ ਹੈ, ਲੇਡੀਜ਼ ਜ਼ਿਆਦਾ ਨੇ,
ਤਾਂ ਇਸ ਵੱਲੋਂ ਉਸ ਜਿਹੜੇ ਕਿ ਗੱਡੀ ਨੂੰ ਟਾਰਗੇਟ ਰੱਖਿਆ ਜਾਂਦਾ ਸੀਗਾ ਕਿ ਉਸ ਗੱਡੀ ਉੱਤੇ ਲੁੱਟ ਖੋਹ ਕੀਤੀ ਜਾਵੇ। ਇਹ ਇਸ ਚੀਜ਼ ਨੂੰ ਰੋਕਣ ਦੇ ਲਈ ਲਗਾਤਾਰ ਜੋ ਪੰਜਾਬ ਪੁਲਿਸ ਦੇ ਡੀ ਜੀ ਪੀ ਨੇ ਗੌਰਵ ਯਾਦਵ ਉਹ ਵੀ ਕਹਿ ਰਹੇ ਨੇ ਕਿ ਪੰਜਾਬ ਪੁਲਿਸ ਲਗਾਤਾਰ ਜਿਹੜੀ ਕਿ ਇਸ ਨੂੰ ਲੈ ਕੇ ਇਹ ਕੋਸ਼ਿਸ਼ਾਂ ਕਰ ਰਹੀ ਆ ਅਤੇ ਕੋਸ਼ਿਸ਼ਾਂ ਦੇ ਚੱਲਦੇ ਜਿਹੜੇ ਕਿ ਗੈਂਗਸਟਰ ਨੇ ਉਹ ਫੜੇ ਜਾ ਰਹੇ ਨੇ। ਚਾਹੇ ਇਹ ਘਟਨਾ ਦੇਖ ਸਕਦੇ ਹਾਂ ਕਿ ਇਸ ਘਟਨਾ ਦੇ ਵਿੱਚ ਸਤਪ੍ਰੀਤ ਸੱਤੀ ਗ੍ਰਿਫਤਾਰ ਕਰ ਲਿਆ ਗਿਆ ਅਤੇ ਇਸਦਾ ਗੈਂਗ ਹੈ ਜਿਹੜਾ ਕਿ ਉਹ ਕਹਿ ਸਕਦੇ ਹੁਣ ਟੁੱਟਦਾ ਹੋਇਆ ਨਜ਼ਰ ਆਏਗਾ। ਜਦੋਂ ਕਹਿ ਸਕਦੇ ਹਾਂ ਕਿਸੇ ਗੈਂਗ ਦਾ ਇੱਕ ਮੇਨ ਸਰਗਨਾ ਗ੍ਰਿਫਤਾਰ ਕਰ ਲਿਆ ਜਾਵੇ ਤਾਂ ਉਸ ਸਰਗਨਾ ਤੋਂ ਬਾਅਦ ਉਸਦਾ ਗੈਂਗ ਜਿਹੜਾ ਟੁੱਟਣਾ ਸ਼ੁਰੂ ਹੋ ਜਾਂਦਾ ਜਾਂ ਦੋ ਫਾੜ ਹੋ ਜਾਂਦਾ। ਇਸੇ ਤਰੀਕੇ ਦੀ ਇੱਕ ਪਹਿਲਾਂ ਘਟਨਾ ਆਈ ਸੀਗੀ ਅੱਜ ਤੋਂ ਕੁਝ ਦਿਨ ਪਹਿਲਾਂ, ਜਿਸ ਸਮੇਂ ਕਹਿ ਸਕਦੇ ਆ ਏਅਰਪੋਰਟ ਰੋਡ ਮੋਹਾਲੀ ਤੋਂ ਕੁਝ ਗੱਡੀਆਂ ਖੋਹੀਆਂ ਗਈਆਂ ਸੀਗੀਆਂ ਅਤੇ ਪੁਲਿਸ ਵੱਲੋਂ ਕੁਝ ਘੰਟਿਆਂ ਦੇ ਵਿੱਚ ਹੀ ਉਸ ਪੂਰੇ ਜਿਹੜਾ ਗੈਂਗ ਆ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀਗਾ। ਉਹ ਗੈਂਗ ਵੀ ਜਿਹੜਾ ਕਿ ਲੁੱਟ ਖੋਹ ਕਰਦਾ ਸੀਗਾ। ਇਸ ਤੋਂ ਪਹਿਲਾਂ ਐਂਟੀ ਗੈਂਗਸਟਰ ਟਾਸਕ ਫੋਰਸ ਦੀਆਂ ਬਹੁਤ ਸਾਰੀਆਂ ਜਿਹੜੀਆਂ ਕਹਿ ਸਕਦੇ ਆ ਖਬਰਾਂ ਸਾਹਮਣੇ ਆਈਆਂ ਸੀਗੀਆਂ ਜਦੋਂ ਕਹਿ ਸਕਦੇ ਇਨਕਾਊਂਟਰ ਕੀਤੇ ਗਏ, ਚਾਹੇ ਰਾਜਪੁਰਾ ਦੇ ਵਿੱਚ ਇਨਕਾਊਂਟਰ ਕੀਤਾ ਗਿਆ, ਚਾਹੇ ਡੇਰਾ ਬੱਸੀ ਦੇ ਵਿੱਚ ਇਨਕਾਊਂਟਰ ਹੋਇਆ, ਚਾਹੇ ਬੱਸੀ ਪਠਾਣਾ ਦੇ ਵਿੱਚ ਇਨਕਾਊਂਟਰ ਹੋਇਆ, ਚਾਹੇ ਸਨੇਟੇ ਦੇ ਮੋਹਾਲੀ ਦੇ ਵਿੱਚ ਇਨਕਾਊਂਟਰ ਹੋਇਆ, ਬਹੁਤ ਥਾਵਾਂ 'ਤੇ ਜਿਹੜੇ ਕਿ ਇਨਕਾਊਂਟਰ ਹੈ ਜਿਹੜੇ ਲਗਾਤਾਰ ਚੱਲੇ ਕਿਉਂਕਿ ਇਹ ਜਦੋਂ ਪੁਲਿਸ ਗ੍ਰਿਫਤਾਰ ਕਰਦੀ ਸੀਗੀ ਤਾਂ ਗੈਂਗਸਟਰਾਂ ਵੱਲੋਂ ਪੁਲਿਸ ਦੇ ਉੱਪਰ ਹਮਲਾ ਕਰ ਦਿੱਤਾ ਜਾਂਦਾ ਸੀ। ਅੱਜ ਦੀ ਜੋ ਕਹਿ ਸਕਦੇ ਹਾਂ ਇਸ ਸਫਲਤਾ ਦੇ ਪਿੱਛੇ ਵੀ ਜੋ ਡੀ ਐੱਸ ਪੀ ਵਿਕਰਮ ਸਿੰਘ ਬਰਾੜ ਨੇ ਉਹਨਾਂ ਦਾ ਜਿਹੜਾ ਪੂਰਾ ਕਹਿ ਸਕਦੇ ਸਫਲਤਾ ਦੇ ਪਿੱਛੇ ਹੱਥ ਹੈ ਕਿਉਂਕਿ ਐਂਟੀ ਗੈਂਗਸਟਰ ਟਾਸਕ ਫੋਰਸ ਵੱਲੋਂ ਲਗਾਤਾਰ ਜਿਹੜਾ ਕਿ ਇਸ ਚੀਜ਼ ਦਾ ਮਾਇਨਾ ਕੀਤਾ ਜਾ ਰਿਹਾ ਸੀਗਾ ਕਿ ਜੋ ਸਤਪ੍ਰੀਤ ਸੱਤੀ ਆ ਉਹ ਕਿੱਥੇ ਹੋ ਸਕਦਾ ਜਾਂ ਬਾਕੀ ਦੇ ਗੈਂਗਸਟਰ ਵੀ ਨੇ ਜਿਹੜੇ ਕਿ ਰਡਾਰ 'ਤੇ ਨੇ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਅਤੇ ਉਸ ਸਮੇਂ ਜਦੋਂ ਕਹਿ ਸਕਦੇ ਪੁਲਿਸ ਕੋਲ ਜਦੋਂ ਇਨਪੁੱਟ ਪਹੁੰਚੇ ਤਾਂ ਉਹਨਾਂ ਇਨਪੁੱਟ ਦੇ ਆਧਾਰ 'ਤੇ ਪੁਲਿਸ ਵੱਲੋਂ ਕਾਰਵਾਈ ਕਰ ਦਿੱਤੀ ਗਈ। ਪਰ ਇਹਨਾਂ ਗੈਂਗਸਟਰਾਂ ਨੂੰ ਲੈ ਕੇ ਪੰਜਾਬ ਪੁਲਿਸ ਦਾ ਸਿੱਧਾ ਜਿਹਾ ਮੈਸੇਜ ਹੈ ਕਿ ਤੁਸੀਂ ਆਪਣਾ ਜਾਂ ਤਾਂ ਕੰਮ ਛੱਡ ਦਿਓ ਜਾਂ ਪੁਲਿਸ ਕੋਲ ਸਰੈਂਡਰ ਕਰ ਦਿਓ। ਜੋ ਵਾਰਦਾਤਾਂ ਨੂੰ ਤੁਸੀਂ ਅੰਜਾਮ ਦੇ ਬੈਠੇ ਹੋ ਉਸਦਾ ਨਤੀਜਾ ਕੋਈ ਚੰਗਾ ਨਹੀਂ ਗਾ ਕਿਉਂਕਿ ਅਕਸਰ ਅਸੀਂ ਦੇਖਦੇ ਹਾਂ ਕਿ ਗੈਂਗਸਟਰ ਕਰਦੇ ਨੇ ਕਿ ਗੋਲੀ ਮਾਰ ਦਿੰਦੇ ਨੇ ਕਿਸੇ ਨੂੰ ਜਾਂ ਕਿਸੇ ਨੂੰ ਫਰੋਤੀ ਮੰਗ ਲਈ ਜਾਂਦੀ ਹੈ ਜਾਂ ਕਿਸੇ ਦੇ ਕਿਸੇ ਗੱਡੀ ਜਾਂ ਘਰ ਦੇ ਵਿੱਚ ਲੁੱਟ ਖੋਹ ਕਰ ਲਈ ਜਾਂਦੀ ਹੈ ਗੈਂਗਸਟਰਾਂ ਵੱਲੋਂ ਅਤੇ ਉਸ ਗੈਂਗਸਟਰਾਂ ਦੇ ਵਿਰੁੱਧ ਪੰਜਾਬ ਪੁਲਿਸ ਦੀ ਜੰਗ ਲੜਾਈ ਲਗਾਤਾਰ ਕਹਿ ਸਕਦੇ ਜਾਰੀ ਹੈ ਅਤੇ ਉਸ ਲੜਾਈ ਦੇ ਵਿੱਚ ਕਹਿ ਸਕਦੇ ਅੱਜ ਜੋ ਗੈਂਗਸਟਰ ਨੂੰ ਗ੍ਰਿਫਤਾਰ ਕੀਤਾ ਗਿਆ ਸਤਪ੍ਰੀਤ ਸੱਤੀ ਨੂੰ ਜੋ ਗ੍ਰਿਫਤਾਰ ਕੀਤਾ ਗਿਆ। ਹੋਰ ਹੁਣ ਤੱਕ ਕੋਈ ਹੋਰ ਤਾਜ਼ਾ ਅਪਡੇਟ ਕੋਈ ਜਾਣਕਾਰੀ ਮਿਲ ਰਹੀ ਹੈ ਕਿ ਆਖਿਰ ਕਿਹੜੇ ਗੈਂਗ ਦੇ ਨਾਲ ਇਹ ਸਤਪ੍ਰੀਤ ਸੱਤੀ ਜੁੜਿਆ ਹੋਇਆ ਹੈ ਜਾਂ ਫਿਰ ਕਹਿ ਲਈਏ ਕਿ ਇਹਨਾਂ ਦਾ ਮੁੱਖ ਕੰਮ ਸਿਰਫ ਲੁੱਟਾਂ ਖੁਹਾਈਆਂ ਜਾਂ ਫਿਰ ਕੋਈ ਹੋਰ ਵੱਡੇ ਪੱਧਰ 'ਤੇ ਨੈਕਸਸ ਚੱਲ ਰਿਹਾ ਹੈ ਜਾਂ ਫਿਰ ਕਹਿ ਲਈਏ ਕਿ ਕਤਲ ਜਾਂ ਫਿਰ ਨਸ਼ੇ ਦਾ ਕੋਈ ਅਜਿਹਾ ਕੋਈ ਮੈਟਰ ਕੋਈ ਤਾਂ ਨਹੀਂ ਸਾਹਮਣੇ ਆਇਆ ਹੁਣ ਤੱਕ? ਦੇਖੋ ਗੁਰਪ੍ਰੀਤ, ਖਾਸ ਤੌਰ 'ਤੇ ਜਿਹੜਾ ਸਤਪ੍ਰੀਤ ਸੱਤੀ ਦਾ ਗੈਂਗ ਸੀਗਾ ਇਸ ਦੀ ਹੁਣ ਤੱਕ ਦੀ ਜੋ ਜਾਣਕਾਰੀ ਹੱਥ ਲੱਗੀ ਆ, ਪੁਲਿਸ ਵੱਲੋਂ ਵੀ ਹਾਲਾਂਕਿ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ, ਪੁਲਿਸ ਵੱਲੋਂ ਇਸ ਨੂੰ ਲੈ ਕੇ ਕੁਝ ਖਾਸ ਜਾਣਕਾਰੀ ਨਹੀਂ ਸਾਂਝੀ ਕੀਤੀ ਗਈ, ਪਰ ਪੁਲਿਸ ਵੱਲੋਂ ਜੋ ਹੁਣ ਤੱਕ ਦੀ ਜਾਣਕਾਰੀ ਸਾਹਮਣੇ ਆਈ ਹੈ ਕਿ ਇਹ ਗੈਂਗ ਹੋ ਸਕਦਾ ਕਿ ਕਿਸੇ ਜਿਹੜੇ ਇੱਕ ਗੈਂਗਸਟਰ ਗਰੁੱਪ ਦੇ ਨਾਲ ਸੰਪਰਕ ਦੇ ਵਿੱਚ ਹੋਵੇ ਕਿਉਂਕਿ ਜਦੋਂ ਅਜਿਹੇ ਗੈਂਗ ਚੱਲਦੇ ਨੇ ਤਾਂ ਗੈਂਗ ਇਕੱਲਾ ਇੱਕ ਬੰਦਾ ਨਹੀਂ ਚਲਾਉਂਦਾ ਹੁੰਦਾ, ਉਹਨਾਂ ਦੀਆਂ ਤਾਰਾਂ ਕਿਤੇ ਨਾ ਕਿਤੇ ਜਾ ਕੇ ਜੁੜਦੀਆਂ ਨੇ। ਇਸ ਗੈਂਗ ਦਾ ਜੋ ਹੁਣ ਤੱਕ ਦੀਆਂ ਜੋ ਉਹ ਕਹਿ ਸਕਦੇ ਘਟਨਾਵਾਂ ਸਾਹਮਣੇ ਆਈਆਂ ਉਹਨਾਂ ਦੇ ਵਿੱਚ ਮੇਨ ਘਟਨਾਵਾਂ ਸੀਗੀਆਂ ਜਿਨ੍ਹਾਂ ਨੂੰ ਇਸ ਵੱਲੋਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਤਾਂ ਉਹ ਸੀਗੀਆਂ ਗੱਡੀਆਂ ਦੀਆਂ ਲੁੱਟ ਖੋਹ ਕਰਨੀਆਂ ਹਾਈਵੇ ਦੇ ਉੱਪਰ, ਜਿਹੜੇ ਗਨ ਪੁਆਇੰਟ ਦੀ ਨੋਕ ਦੇ ਉੱਪਰ ਜਿਹੜੀ ਕਿ ਲੁੱਟ ਖੋਹ ਕਰਦੇ ਸੀਗੇ ਉਹ ਇੱਕ ਜਿਹੜਾ ਮੇਨ ਘਟਨਾ ਜਾਂ ਵਾਰਦਾਤਾਂ ਇਸ ਗੈਂਗ ਦੀਆਂ ਦਿਖਾਈ ਦਿੱਤੀਆਂ ਸੀਗੀਆਂ।
ਪਰ ਜੋ ਵੈਪਨ ਇਸ ਕੋਲ ਆਇਆ ਉਹ ਵੈਪਨ ਕਿਸ ਤਰੀਕੇ ਦੇ ਜ਼ਰੀਏ ਜਿਹੜਾ ਇੰਡੀਆ ਦੇ ਵਿੱਚ ਪਹੁੰਚਿਆ ਜਾਂ ਇਸ ਕੋਲ ਕਿਸ ਤਰੀਕੇ ਦੇ ਜ਼ਰੀਏ ਪਹੁੰਚਿਆ ਉਹ ਇੱਕ ਜਿਹੜਾ ਸਭ ਤੋਂ ਵੱਡਾ ਕਹਿ ਸਕਦੇ ਹਾਂ ਸਵਾਲੀਆ ਨਿਸ਼ਾਨ ਜ਼ਰੂਰ ਖੜਾ ਹੋ ਰਿਹਾ ਜਾਂ ਕਹਿ ਸਕਦੇ ਜਾਂਚ ਦਾ ਵਿਸ਼ਾ ਬਣ ਰਿਹਾ ਕਿ ਪੁਲਿਸ ਵੱਲੋਂ ਉਸ ਐਂਗਲ ਨੂੰ ਜਿਹੜਾ ਕਿ ਪੂਰਾ ਖੰਗਾਲਿਆ ਜਾ ਰਿਹਾ ਕਿ ਕੀ ਇਸ ਸੱਤੀ ਨੂੰ ਜੋ ਸਤਪ੍ਰੀਤ ਸੱਤੀ ਹੈ ਕਿ ਇਸ ਨੂੰ ਇਹ ਵੈਪਨ ਕਿਸੇ ਹੋਰ ਗੈਂਗ ਵੱਲੋਂ ਜਿਹੜਾ ਕਿ ਪ੍ਰੋਵਾਈਡ ਕਰਾਇਆ ਗਿਆ ਸੀਗਾ ਜਾਂ ਉਸ ਗੈਂਗ ਵੱਲੋਂ ਕਿੱਥੋਂ ਲਿਆਂਦਾ ਗਿਆ ਜਾਂ ਬਾਰਡਰ ਦੇ ਪਾਰੋਂ ਜਿਸ ਤਰੀਕੇ ਜਿਹੜੀ ਡਰੋਨ ਦੇ ਮਦਦ ਜ਼ਰੀਏ ਵੈਪਨ ਜਾਂ ਕਹਿ ਸਕਦੇ ਹਾਂ ਡਰੱਗ ਪਹੁੰਚਦੀ ਹੈ ਕਿ ਉਸ ਮਦਦ ਦੇ ਜ਼ਰੀਏ ਜਿਹੜੇ ਕਿ ਇਸ ਨੂੰ ਵੈਪਨ ਪ੍ਰੋਵਾਈਡ ਕਰਾਇਆ ਗਿਆ ਤਾਂ ਉਹ ਸਭ ਨੂੰ ਲੈ ਕੇ ਕਹਿ ਸਕਦੇ ਹੁਣ ਪੁੱਛਗਿੱਛ ਕੀਤੀ ਜਾਵੇਗੀ ਪਰ ਹਾਲ ਦੀ ਘੜੀ ਦੇ ਵਿੱਚ ਸਤਪ੍ਰੀਤ ਸੱਤੀ ਜ਼ਖਮੀ ਹੈ ਕਿਉਂਕਿ ਉਸਦੇ ਪੈਰ ਦੇ ਵਿੱਚ ਗੋਲੀ ਲੱਗੀ ਹੈ ਅਤੇ ਉਸ ਜਦੋਂ ਹੀ ਕਹਿ ਸਕਦੇ ਹਾਂ ਉਸ ਸਹੀ ਹੋਏਗਾ ਹੋਸਪਿਟਲ ਤੋਂ ਉਸਨੂੰ ਛੁੱਟੀ ਦਿੱਤੀ ਜਾਵੇਗੀ ਤਾਂ ਉਸ ਤੋਂ ਬਾਅਦ ਪੁਲਿਸ ਵੱਲੋਂ ਜਿਹੜੀ ਕਿ ਪੂਰੀ ਤਫਤੀਸ਼ ਦੇ ਵਿੱਚ ਜਿਹੜੀ ਕਿ ਇਨਵੈਸਟੀਗੇਸ਼ਨ ਕੀਤੀ ਜਾਵੇਗੀ ਕਿ ਇਸ ਦੀਆਂ ਤਾਰਾਂ ਕਿੱਥੋਂ ਤੱਕ ਜਾ ਕੇ ਜੁੜਦੀਆਂ ਨੇ ਸਤਪ੍ਰੀਤ ਸੱਤੀ ਕਿਹੜੇ ਗੈਂਗ ਦੇ ਨਾਲ ਸੰਬੰਧ ਰੱਖਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਰਾਕ ਦੇ ਵਿੱਚ ਇਹ ਗੈਂਗ ਸੀਗਾ ਜਾਂ ਨਹੀਂ ਸੀਗਾ ਤਾਂ ਸਭ ਨੂੰ ਲੈ ਕੇ ਕਹਿ ਸਕਦੇ ਆਉਣ ਵਾਲੇ ਸਮੇਂ ਦੇ ਵਿੱਚ ਜਾਂਚ ਪੜਤਾਲ ਪੁਲਿਸ ਵੱਲੋਂ ਕੀਤੀ ਜਾਵੇਗੀ। ਕਮਲ ਇੱਕ ਇਹ ਵੀ ਦਰਸ਼ਕਾਂ ਤੱਕ ਜਾਣਕਾਰੀ ਜ਼ਰੂਰ ਸਾਂਝੀ ਕਰ ਦਿਓ ਕਿਉਂਕਿ ਜਿਹੜਾ ਇਹ ਰਸਤਾ ਹੈ ਜੋ DSP ਬਿਕਰਮਜੀਤ ਸਿੰਘ ਬਰਾੜ ਦੇ ਵੀ ਦੱਸਿਆ ਹੈ ਕਿ ਥੋੜ੍ਹਾ ਜੰਗਲੀ ਏਰੀਆ ਹੈ ਲੇਕਿਨ ਇੱਥੇ ਫਿਰ ਵੀ ਕਾਫੀ ਜਿਹੜੇ ਆਉਣ ਜਾਣ ਵਾਲੇ ਰਾਹਗੀਰ ਨੇ ਇਹ ਰਸਤੇ ਨੂੰ ਚੁਣਦੇ ਨੇ ਜਾਂ ਨਿਤਦਿਨੀ ਜਿਹੜੇ ਕੰਮਾਂ ਕਰਨ ਦੇ ਜਾਂਦੇ ਨੇ ਤਾਂ ਇਹ ਰਸਤੇ ਨੂੰ ਲੈ ਕੇ ਹੋਰ ਕੀ ਕੁਝ ਤੁਹਾਡੇ ਕੋਲ ਜਾਣਕਾਰੀ ਹੈ ਇੱਕ ਵਾਰੀ ਉਹ ਵੀ ਜ਼ਰੂਰ ਦਰਸ਼ਕਾਂ ਤੱਕ ਸਾਂਝੀ ਕਰ ਦਿਓ ਕਿਉਂਕਿ ਹੋਰ ਕੋਈ ਅਜਿਹੀ ਲੁੱਟ ਦਾ ਸ਼ਿਕਾਰ ਨਾ ਹੋ ਸਕੇ। ਦੇਖੋ ਗੁਰਪ੍ਰੀਤ ਜਿਹੜੇ ਮੇਨ ਦੋ ਹਾਈਵੇ ਨੇ ਜਿਹੜੇ ਕੀ ਕਹਿ ਸਕਦੇ ਇਸ ਸਮੇਂ ਚੰਡੀਗੜ੍ਹ ਦੇ ਨਾਲ ਜੁੜਦੇ ਨੇ ਅੰਬਾਲਾ ਤੋਂ ਲੈ ਕੇ, ਇੱਕ ਤਾਂ ਅੰਬਾਲਾ ਤੋਂ ਸਿੱਧਾ ਚੰਡੀਗੜ੍ਹ ਨੂੰ ਹਾਈਵੇ ਆਉਂਦਾ, ਦੂਸਰਾ ਮੇਨ ਹਾਈਵੇ ਜਿਹੜਾ ਵਾਇਆ ਰਾਜਪੁਰਾ ਜਾਂਦਾ ਜੋ ਲੁਧਿਆਣਾ ਨੂੰ ਜਾਂਦਾ ਅਤੇ ਅੱਗੇ ਜਾ ਕੇ ਚੰਡੀਗੜ੍ਹ ਰਾਜਪੁਰਾ ਹਾਈਵੇ ਦੇ ਨਾਲ ਉਹ ਸੰਪਰਕ ਦੇ ਵਿੱਚ ਆਉਂਦਾ, ਉਹ ਹਾਈਵੇ ਪੂਰੇ ਮੁਕੰਮਲ ਤਰੀਕੇ ਦੇ ਨਾਲ ਬੰਦ ਆ। ਉਸ ਤੋਂ ਬਾਅਦ ਰਾਸਤਾ ਜੋ ਕਹਿ ਸਕਦੇ ਹਾਂ ਬਨੂੜ ਵਾਲਾ ਰਾਸਤਾ ਆਉਂਦਾ, ਸ਼ੰਭੂ ਬਨੂੜ ਰਾਸਤਾ ਆਉਂਦਾ, ਉਹ ਵੀ ਰਾਸਤਾ ਜਿਹੜਾ ਕਿ ਅੱਗੇ ਜਾ ਕੇ ਬਾਰਡਰ ਤੋਂ ਜਾ ਕੇ ਬੰਦ ਆ। ਤਾਂ ਜ਼ਿਆਦਾਤਰ ਲੋਕ ਕੀ ਕਰ ਰਹੇ ਨੇ ਕਿ ਹਰਿਆਣਾ ਦੇ ਜੋ ਪਿੰਡਾਂ ਦੇ ਲੋਕ ਨੇ ਉਹ ਲਾਲੜੂ ਵਿੱਚ ਦੀ ਹੋ ਕੇ ਜਿਹੜਾ ਕਿ ਲੰਘ ਰਹੇ ਨੇ। ਲਾਲੜੂ ਦਾ ਜਿਹੜਾ ਏਰੀਆ ਜਦੋਂ ਕਹਿ ਸਕਦੇ ਪਿੰਡ ਕਰੋਸ ਹੁੰਦੇ ਨੇ ਕਾਫੀ ਜਗ੍ਹਾ 'ਤੇ ਜਿਹੜੇ ਕਿ ਉੱਥੇ ਇਸ ਏਰੀਏ ਨੂੰ ਦੇਖਿਆ ਜਾਵੇ ਤਾਂ ਜਦੋਂ ਪਿੰਡ ਕਰੋਸ ਹੁੰਦਾ ਤਾਂ ਪਿੰਡ ਕਰੋਸ ਹੋਣ ਤੋਂ ਬਾਅਦ ਜੋ ਇੱਕ ਜੰਗਲੀ ਏਰੀਆ ਜਾ ਕਹਿ ਸਕਦੇ ਜੰਗਲੀ ਏਰੀਆ ਕਹਿ ਸਕਦੇ ਜਾਂ ਕਹਿ ਸਕਦੇ ਜਿੱਥੇ ਕਿੱਕਰਾਂ ਜ਼ਿਆਦਾ ਹੁੰਦੀਆਂ ਨੇ ਜਿੱਥੇ ਲੁਕਣ ਨੂੰ ਥਾਂ ਪੂਰੀ ਜਿਹੜੀ ਇਹਨਾਂ ਗੈਂਗ ਦੇ ਗੁਰਗਿਆਂ ਨੂੰ ਮਿਲ ਜਾਂਦੀ ਹੈ ਕਿ ਉੱਥੇ ਆਸਾਨ ਤਰੀਕੇ ਦੇ ਨਾਲ ਲੁਕ ਸਕਦੇ ਨੇ, ਜਦੋਂ ਕੋਈ ਰਾਤ ਬਰਾਤੇ ਆਇਆ ਤਾਂ ਉਸਨੂੰ ਇਹ ਲੁੱਟ ਲੈਂਦੇ ਨੇ, ਤਾਂ ਉਹੋ ਜਿਹਾ ਇਹ ਏਰੀਆ। ਹਾਲਾਂਕਿ ਇਹ ਰਾਤ ਦੇ ਸਮੇਂ ਦੇ ਵਿੱਚ ਹੀ ਜਿਹੜੇ ਵਾਰਦਾਤ ਨੂੰ ਜ਼ਿਆਦਾ ਅੰਜਾਮ ਦਿੰਦੇ ਸਨ ਕਿਉਂਕਿ ਇਹ ਰਾਸਤੇ ਜ਼ਿਆਦਾ ਨਹੀਂ ਚੱਲਦੇ, ਲੋਕ ਇਹਨਾਂ ਰਾਸਤਿਆਂ ਦੀ ਜ਼ਿਆਦਾ ਵਰਤੋਂ ਨਹੀਂ ਕਰਦੇ। ਕੋਈ ਮਸਾਂ ਕਹਿ ਸਕਦੇ 15-20 ਮਿੰਟ ਬਾਅਦ ਕੋਈ ਵਿਅਕਤੀ ਆਪਣੀ ਕਾਰ ਸਵਾਰ 'ਤੇ ਕਾਰ 'ਤੇ ਆਉਂਦਾ ਜਾਂ ਕਹਿ ਸਕਦੇ ਹਾਂ ਕੋਈ ਅੱਧੇ ਘੰਟੇ ਬਾਅਦ ਕੋਈ ਵਿਅਕਤੀ ਆਉਂਦਾ ਤਾਂ ਇਹ ਇੱਕ ਦਿਨ ਦੇ ਵਿੱਚ ਇੱਕ ਵਿਅਕਤੀ ਨੂੰ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਜਾਂ ਕਹਿ ਸਕਦੇ ਹਾਂ ਅੱਜ ਵਾਰਦਾਤ ਨੂੰ ਅੰਜਾਮ ਦਿੱਤਾ, ਉਸ ਤੋਂ ਬਾਅਦ ਕੁਝ ਸਮਾਂ ਜਿਹੜਾ ਕਿ ਸਾਇਲੈਂਟ ਰਹਿਣਗੇ ਹੋਰ ਕਿਸੇ ਏਰੀਏ ਦੇ ਵਿੱਚ ਜਾ ਕੇ ਵਾਰਦਾਤ ਨੂੰ ਅੰਜਾਮ ਦੇਣਗੇ ਅਤੇ ਉਸ ਤੋਂ ਬਾਅਦ ਕੁਝ ਸਮੇਂ ਬਾਅਦ ਵਾਪਸੀ ਕਰਦੇ ਨੇ। ਜਿੱਥੇ ਬਨੂੜ ਵਿਖੇ ਬਨੂੜ ਤੋਂ ਲਾਲੜੂ ਦਾ ਰਾਸਤਾ ਜਿਹੜਾ ਪੈਂਦਾ, ਲਾਲੜੂ ਦੇ ਵਿਖੇ ਜਿੱਥੇ ਇਨਕਾਊਂਟਰ ਸੋ ਮੇਰੇ ਸਹਿਯੋਗੀ ਲਗਾਤਾਰ ਜਿਹੜੀ ਜਾਣਕਾਰੀ ਸਾਂਝੀ ਕਰ ਰਹੇ ਨੇ ਕਵਲਦੀਪ, ਤਾਂ ਉੱਥੇ ਤੁਹਾਨੂੰ ਦੱਸ ਦਈਏ ਕਿ ਇਹ ਗੈਂਗ ਸੀ ਜਿਹੜਾ ਇਹ ਕਾਫੀ ਸਰਗਰਮ ਗੈਂਗ ਜਿਸ ਨੂੰ ਕਿ ਠੱਲ ਪਾਈ ਹੈ ਪੰਜਾਬ ਪੁਲਿਸ ਨੇ। ਸੋ ਉੱਥੇ ਹੀ ਜਾਣਕਾਰੀ ਮੁਤਾਬਕ ਜਦੋਂ ਲੋਕਾਂ ਦੀ ਸ਼ਿਕਾਇਤਾਂ ਮਿਲੀਆਂ ਜਾਂ ਫਿਰ ਪੁਲਿਸ ਨੂੰ ਪਤਾ ਲੱਗਿਆ ਤਾਂ ਪੁਲਿਸ ਨੇ ਬਹੁਤ ਤਰੀਕੇ ਦੇ ਨਾਲ ਇਸ ਗੈਂਗ
ਨੂੰ ਜਿਹੜੇ ਠੱਲ ਪਾਉਣ ਦੇ ਲਈ ਕਾਰਵਾਈ ਕਰਦਿਆਂ ਜਿਹੜੀ ਕਾਰਵਾਈ ਕੀਤੀ ਹੈ। ਵਿਸ਼ੇਸ਼ ਤੌਰ 'ਤੇ ਪੁਲਿਸ ਅਤੇ ਲੁਟੇਰਿਆਂ ਦਰਮਿਆਨ ਮੁੱਠਭੇੜ ਦੀ ਖਬਰ, ਜੁਆਬੀ ਫਾਇਰਿੰਗ ਦੇ ਵਿੱਚ ਮੁਲਜ਼ਮ ਜ਼ਖਮੀ ਹੋਇਆ ਸਤਪ੍ਰੀਤ ਉਰਫ ਸੱਤੀ, ਜਿਸ ਦੇ ਪੈਰ ਦੇ ਵਿੱਚ ਗੋਲੀ ਲੱਗੀ ਹੈ। ਸੱਤੀ ਤੋਂ ਪਿਸਤੌਲ ਅਤੇ ਕਾਰਤੂਸ ਬਰਾਮਦ ਹੋਏ ਨੇ ਅਤੇ ਮੁਲਜ਼ਮ ਖਿਲਾਫ਼ ਪਹਿਲਾਂ ਵੀ ਕਈ ਮੁਕੱਦਮੇ ਦਰਜ ਅਤੇ ਹੋਰ ਹੁਣ ਮੁਕੱਦਮਾ ਦਰਜ ਹੋਏਗਾ ਅਤੇ ਅਗਲੇਰੀ ਤਫਤੀਸ਼ ਦੇ ਵਿੱਚ ਕਾਫ਼ੀ ਅਹਿਮ ਚੀਜ਼ਾਂ ਨੇ ਜਿਹੜੀਆਂ ਉਹ ਸਾਹਮਣੇ ਆ ਸਕਦੀਆਂ ਨੇ। ਮੁਲਜ਼ਮ ਸੱਤੀ ਤੋਂ ਪਿਸਤੌਲ ਅਤੇ ਕਾਰਤੂਸ ਬਰਾਮਦ ਹੋਏ ਨੇ ਕਿਉਂਕਿ ਵੀ ਲਗਾਤਾਰ ਬਣੇ ਹੋਏ ਨੇ। ਕਮਲਦੀਪ, ਕਮਲ ਤੁਸੀਂ ਜਾਣਕਾਰੀ ਸਾਂਝੀ ਕਰ ਰਹੇ ਸੀ। ਹਾਂ ਬਿਲਕੁਲ ਗੁਰਪ੍ਰੀਤ, ਦੇਖੋ ਕਿਉਂਕਿ ਜਿਸ ਇਲਾਕੇ ਦੇ ਵਿੱਚ ਇਸ ਗੈਂਗ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਸੀਗਾ ਉਹ ਇਲਾਕਾ ਖਾਸ ਤੌਰ 'ਤੇ ਇਹ ਕੁਝ ਪਿੰਡਾਂ ਨੂੰ ਜਿਹੜਾ ਇੱਕ ਲਿੰਕ ਰੋਡ ਹੁੰਦਾ ਉਹ ਪਿੰਡਾਂ ਨੂੰ ਜੋੜਦਾ ਅਤੇ ਉਸ ਰਸਤੇ ਦੇ ਜ਼ਰੀਏ ਜੋ ਕਿਉਂਕਿ ਕੁਝ ਲੋਕ ਰਾਤ ਬਰਾਤੇ ਆਉਂਦੇ ਸੀ ਤਾਂ ਉਹਨਾਂ ਦੇ ਜਿਹੜੇ ਕਿ ਇਹ ਨਿਸ਼ਾਨਾ ਬਣਾ ਕੇ ਉੱਥੇ ਝਾੜੀਆਂ ਦੇ ਵਿੱਚ ਲੁੱਕ ਜਾਂਦੇ ਸਨ ਅਤੇ ਉਹਨਾਂ ਦੀ ਲੁੱਟ ਖੋਹ ਕਰਦੇ ਸਨ, ਉਹਨਾਂ ਤੋਂ ਚਾਹੇ ਗੱਡੀ ਖੋਹ ਲੈਣਾ, ਆ ਗਨ ਪੁਆਇੰਟ ਦੀ ਨੋਕ 'ਤੇ ਚਾਹੇ ਕਿਸੇ ਦੇ ਹੋਰ ਤਰੀਕੇ ਦੇ ਜ਼ਰੀਏ ਵਾਰਦਾਤ ਨੂੰ ਜਿਹੜਾ ਅੰਜਾਮ ਦੇ ਦੇਣਾ ਇਹਨਾਂ ਵੱਲੋਂ ਲਗਾਤਾਰ ਕੀਤਾ ਜਾਂਦਾ ਸੀਗਾ ਅਤੇ ਇੱਕ ਜਗ੍ਹਾ 'ਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਉਸ ਏਰੀਆ ਨੂੰ ਚੇਂਜ ਕਰ ਲੈਂਦੇ ਸੀ ਜੋ ਹੁਣ ਤੱਕ ਦੀ ਜਾਣਕਾਰੀਆਂ ਸਾਹਮਣੇ ਆਈਆਂ ਨੇ ਕਿ ਉਸ ਏਰੀਆ ਨੂੰ ਛੱਡ ਕੇ ਦੂਸਰੇ ਏਰੀਏ ਦੇ ਵਿੱਚ ਚਲੇ ਜਾਂਦੇ ਕਿ ਉੱਥੇ ਵਾਰਦਾਤ ਨੂੰ ਅੰਜਾਮ ਦਿੰਦੇ। ਜਦੋਂ ਪੁਲਿਸ ਉੱਥੇ ਭਾਲ ਜਾਰੀ ਕਰਦੀ ਤਾਂ ਉਸ ਤੋਂ ਬਾਅਦ ਉਹ ਦੂਸਰੇ ਇਲਾਕੇ ਦੇ ਵਿੱਚ ਵਾਪਸੀ ਕਰ ਲੈਂਦੇ ਕਿ ਉਦੋਂ ਤੱਕ ਮਾਮਲਾ ਠੰਡਾ ਹੋ ਜਾਂਦਾ ਸੀਗਾ ਅਤੇ ਹਜੇ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਜਿਸ ਜਗ੍ਹਾ 'ਤੇ ਇਹਨਾਂ ਦਾ ਇਨਕਾਊਂਟਰ ਹੋਇਆ ਕਿ ਉਸ ਜਗ੍ਹਾ 'ਤੇ ਇਹਨਾਂ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਵਾਰਦਾਤ ਨੂੰ ਅੰਜਾਮ ਦੇਣ ਦੀ ਪਲੈਨਿੰਗ ਸੀਗੀ ਕਿ ਉਸ ਇਲਾਕੇ ਦੇ ਵਿੱਚ ਜਿਹੜਾ ਇਲਾਕਾ ਉਹ ਜੰਗਲ ਪੂਰਾ ਇੱਕ ਜੰਗਲੀ ਇਲਾਕਾ ਕਹਾਂਗੇ ਉਸਨੂੰ ਕਿ ਉਸ ਇਲਾਕੇ ਦੇ ਵਿੱਚ ਅੱਜ ਜਾਂ ਅੱਜ ਰਾਤ ਨੂੰ ਕੋਈ ਵਾਰਦਾਤ ਨੂੰ ਅੰਜਾਮ ਦੇਣਾ ਸੀ ਕਿ ਉੱਥੇ ਗਨ ਪੁਆਇੰਟ 'ਤੇ ਕੋਈ ਗੱਡੀ ਖੋਣੀ ਸੀਗੀ ਜਾਂ ਕਿ ਸਦੇ ਉੱਥੇ ਆਪਣੇ ਆਪ ਨੂੰ ਬਚਾਉਣ ਵਾਸਤੇ ਲੋਕ ਰਹੇ ਸਨ ਕਿ ਪੁਲਿਸ ਇਹਨਾਂ ਦੀ ਭਾਲ ਕਰ ਰਹੀ ਹੈ। ਪਤਾ ਇਹਨਾਂ ਨੂੰ ਵੀ ਸੀਗਾ ਕਿ ਲਗਾਤਾਰ ਪੁਲਿਸ ਇਹਨਾਂ ਨੂੰ ਲੱਭ ਰਹੀ ਹੈ ਅਤੇ ਇਹ ਆਪਣੇ ਆਪ ਨੂੰ ਬਚਾਉਣ ਵਾਸਤੇ ਲੁਕਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਜਦੋਂ ਪੁਲਿਸ ਵੱਲੋਂ ਇਹਨਾਂ ਦਾ ਪਿੱਛਾ ਕੀਤਾ ਗਿਆ ਪੁਲਿਸ ਜਦੋਂ ਇਹਨਾਂ ਦਾ ਪਿੱਛਾ ਕਰ ਰਹੀ ਸੀ ਤਾਂ ਇਹਨਾਂ ਨੂੰ ਕਿਤੇ ਨਾ ਕਿਤੇ ਭਿਣਕ ਪਈ ਕਿ ਪੁਲਿਸ ਇਹਨਾਂ ਦਾ ਪਿੱਛਾ ਕਰ ਰਹੀ ਹੈ ਅਤੇ ਸੱਤੀ ਵੱਲੋਂ ਜਿਹੜੀ ਕੀ ਕਹਿ ਸਕਦੇ ਗੋਲੀ ਪੁਲਿਸ ਦੀ ਗੱਡੀ ਦੇ ਉੱਪਰ ਚਲਾਈ ਗਈ ਜਿਸ ਤੋਂ ਬਾਅਦ ਕਹਿ ਸਕਦੇ ਹਾਂ ਇਹਨਾਂ ਨੇ ਲੋਕੇ ਗੋਲੀਆਂ ਚਲਾਈਆਂ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਜਿਹੜੀ ਕਿ ਇਹਨਾਂ 'ਤੇ ਕਾਰਵਾਈ ਕੀਤੀ ਗੋਲੀ ਚਲਾਈ ਅਤੇ ਜਵਾਬੀ ਕਾਰਵਾਈ ਦੇ ਵਿੱਚ ਹੀ ਜਿਹੜਾ ਸੱਤੀ ਆ ਸੱਤੀ ਦੇ ਪੈਰ ਦੇ ਵਿੱਚ ਗੋਲੀ ਲੱਗੀ ਜਿਸ ਤੋਂ ਬਾਅਦ ਕਹਿ ਸਕਦੇ ਪੁਲਿਸ ਨੇ ਸੱਤੀ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਲਿਆ ਪਰ ਜਿਹੜੇ ਉਸਦੇ ਨਾਲ ਸਾਥੀ ਸਨ ਉਹਨਾਂ ਸਾਥੀ ਉਹ ਸਾਥੀ ਮੌਕੇ ਤੋਂ ਫਰਾਰ ਨੇ ਅਤੇ ਉਹਨਾਂ ਨੂੰ ਲੈ ਕੇ ਪੁਲਿਸ ਵੱਲੋਂ ਉਹ ਪੂਰਾ ਜਿਹੜਾ ਜੰਗਲੀ ਏਰੀਆ ਕਹਿ ਸਕਦੇ ਹਾਂ ਉਸਦਾ ਕੋਰਡਨ ਕੀਤਾ ਜਾ ਰਿਹਾ ਸਰਚ ਅਭਿਆਨ ਉੱਥੇ ਚਲਾਇਆ ਜਾ ਰਿਹਾ ਤਾਂ ਕਿ ਉਹਨਾਂ ਨੂੰ ਜਲਦ ਤੋਂ ਜਲਦ ਜਿਹੜਾ ਫੜ ਕੇ ਗ੍ਰਿਫਤਾਰ ਕਰਕੇ ਇੱਕ ਤਾਂ ਪੂਰਾ ਗੈਂਗ ਹੈ ਉਸਦੇ ਨੈਕਸਸ ਨੂੰ ਖਤਮ ਕੀਤਾ ਜਾਵੇ ਅਤੇ ਇਸ ਗੈਂਗ ਦੀਆਂ ਤਾਰਾਂ ਕਿੱਥੋਂ ਤੱਕ ਜੁੜਦੀਆਂ ਨੇ ਉਸ ਤਾਰਾਂ ਦਾ ਜਿਹੜਾ ਕਹਿ ਸਕਦੇ ਪੂਰਾ ਜਿਹੜਾ ਕੀ ਕਹਿ ਸਕਦੇ ਇਹ ਕਿਸ ਤਰੀਕੇ ਦੇ ਸੰਪਰਕ ਦੇ ਵਿੱਚ ਰਹਿੰਦੇ ਨੇ ਉਸਦੀ ਜਾਂਚ ਪੜਤਾਲ ਕੀਤੀ ਜਾ ਸਕੇ। ਠੀਕ ਹੈ, ਠੀਕ ਹੈ ਕਮਲ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤਮਾਮ ਤਫਸੀਲ ਦੇ ਨਾਲ ਜਾਣਕਾਰੀ ਦੀ ਸਾਂਝ ਪਾਉਣ ਦੇ ਲਈ। ਸੋ ਦੱਸ ਦਈਏ ਕਿ ਜਿਹੜਾ ਇਹ ਸਰਗਰਮ ਸੀ ਗੈਂਗ ਲੁਟੇਰਾ ਗੈਂਗ ਇਸ ਨੂੰ ਠੱਲ ਪਾਉਣ ਦੇ ਲਈ ਕਾਰਵਾਈ ਕੀਤੀ ਅਤੇ ਮੁੱਠਭੇੜ ਦੀ ਖਬਰ ਮਿਲੀ ਹੈ। ਹਾਲਾਂਕਿ ਲੁਟੇਰੇ ਸਤਪ੍ਰੀਤ ਉਰਫ ਸੱਤੀ ਦੇ ਪੈਰ ਦੇ ਵਿੱਚ ਵੀ ਗੋਲੀ ਲੱਗੀ ਹੈ। ਡੀਐਸਪੀ ਬਰਾੜ ਸਾਹਿਬ ਜੁੜੇ ਨੇ, ਬਰਾੜ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਜੀ ਮਿੰਟ 'ਤੇ ਸਵਾਗਤ ਹੈ ਜੀ ਅਤੇ ਜਿਹੜੀ ਇਹ ਮੁੱਠਭੇੜ ਹੋਈ ਹੈ ਲੁਟੇਰਿਆਂ ਦੇ ਨਾਲ ਕੀ ਕੁਝ ਜਾਣਕਾਰੀ ਹੈ? ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਤਾਂ ਅਸੀਂ ਇੱਥੇ ਸਪੋਟ 'ਤੇ ਹਾਂ ਜੀ। ਜਿਹੜੇ ਲੁਟੇਰੇ ਨੇ ਇਹ ਹਾਈਵੇ ਰੋਬਰ ਸੀਗੇ, ਕਾਫੀ ਦੇਰ ਤੋਂ ਇਹ ਐਕਟਿਵ ਸੀ। ਜਿਵੇਂ ਇਹ ਸਾਰਾ ਮਤਲਬ ਇਹਨਾਂ ਦੀਆਂ ਜਿਹੜੀਆਂ ਲੀਡਸ ਮਿਲੀਆਂ SSP ਸਾਹਿਬ ਮੋਹਾਲੀ, ਸ਼੍ਰੀ ਦੀਪਕ ਪਾਰਕ ਸਾਹਿਬ, DIG ਮੈਮ ਲੰਬਰੀ ਮੈਮ ਅਤੇ DGP ਸਾਹਿਬ ਦੀਆਂ ਜਿਵੇਂ ਹਦਾਇਤਾਂ ਨੇ ਸਖ਼ਤੀ ਨਾਲ, ਉਵੇਂ ਅਸੀਂ ਇਹਨਾਂ ਦੇ ਪਿੱਛੇ ਲੱਗੇ ਸੀ। ਅਤੇ ਅੱਜ ਇਹਨਾਂ ਨੇ ਜਦੋਂ ਦੇਖਿਆ ਵੀ ਸਾਡੇ ਪਿੱਛੇ ਨੇ ਤਾਂ ਇਹਨਾਂ ਨੇ ਪੁਲਿਸ 'ਤੇ ਫਾਇਰ ਕੀਤਾ। ਇਹਨਾਂ ਨੇ 3-4 ਫਾਇਰ ਕੀਤੇ ਤਾਂ ਰਿਟੈਲੀਏਸ਼ਨ ਫਾਇਰ 'ਚ
ਸਰ ਤੁਹਾਨੂੰ ਪਤਾ ਲੱਗੇ ਕਿ ਹੁਣ ਤੱਕ ਕਿੰਨੀਆਂ ਵਾਰਦਾਤਾਂ ਨੂੰ ਇਹਨਾਂ ਨੇ ਅੰਜਾਮ ਦਿੱਤਾ? ਅਣਗਿਣਤ ਵਾਰਦਾਤਾਂ ਨੇ ਜੀ, ਹਰਿਆਣੇ ਚ ਵੀ ਨੇ, ਅੰਬਾਲੇ ਜਿਵੇਂ ਨਾਲ ਸਾਡਾ ਪੈਂਦਾ ਤੇ ਸਾਡੇ ਇੱਧਰ ਟੋਲ ਪਲਾਜ਼ਾ ਜਿੱਥੇ ਦੱਪਰ ਹੈ ਇੱਧਰ ਵੀ ਨੇ, ਰਾਤ ਨੂੰ ਜਿਹੜੇ ਰਾਹਗੀਰ ਸੀ ਵਹੀਕਲਸ ਤੇ ਹੋਰ ਉਹਨਾਂ ਨੂੰ ਗਨ ਪੁਆਇੰਟ ਤੇ ਲੁੱਟਦੇ ਸੀ। ਹਾਂਜੀ, ਤੇ ਹੁਣ ਅਸੀਂ ਹਜੇ ਇਹਨੂੰ ਇੰਜਰਡ ਆ। ਇਹ ਗੈਂਗ ਕਿੰਨਾ ਬੰਦਿਆਂ ਦਾ ਗੈਂਗ ਸੀ? ਇਹ 5 ਤੋਂ 6 ਬੰਦਿਆਂ ਦਾ ਗੈਂਗ ਆ ਜੀ, ਕੁਛ ਹਰਿਆਣਾ ਦੇ ਵੀ ਨੇ, ਕੁਛ ਪੰਜਾਬ ਦੇ ਨੇ, ਤੇ ਜਿਹੜਾ ਇਹ ਸਰਬਜੀਤ ਸਿੰਘ ਸੱਤੀ ਆ ਇਹ ਇੱਥੇ ਦਾ ਹੀ ਆ ਪੰਜਾਬ ਦਾ, ਤੇ ਇਹ ਇੰਜਰਡ ਹੋਇਆ ਰਿਟੈਲੀਏਸ਼ਨ ਫਾਇਰ, ਮਤਲਬ ਬਰੀਫ ਐਕਸਚੇਂਜ ਆਫ ਫਾਇਰ।